ਦੁਕਾਨਾਂ ਵੀ ਤਾਂ ਭਵਨ ਦੇ ਕੋਲ ਗੋਇਲ ਬ੍ਰਦਰ ਦੀ ਕਾਸਮੈਟਿਕ ਦੀ ਦੁਕਾਨ ਆ ਇੱਥੇ 3:05 ਤੇ ਇੱਕ ਬੰਦਾ ਆਇਆ ਉਹ ਅੰਦਰ ਵੜਿਆ ਉਹਦਾ ਮੂੰਹ ਲਪੇਟਿਆ ਹੋਇਆ ਸੀਗਾ ਐ ਨਹੀਂ ਪਤਾ ਵੀ ਪਿਸਤੌਲ ਉਹਦੇ ਕੋਲ ਅਸਲੀ ਸੀ ਨਕਲੀ ਸੀ ਆ ਕੇ ਕਹਿੰਦਾ ਸਾਡੇ ਬਾਬੂ ਜੀ ਦੇ ਵਾਈਫ ਬੈਠੇ ਸੀ ਉਹਨਾਂ ਨੂੰ ਕਹਿੰਦਾ ਵੀ ਜਿੰਨੇ ਪੈਸੇ ਹੈਗਾ ਦੇ ਦਿਓ ਮੈਂ ਮਗਰ ਬੈਠਾ ਸੀ ਮੈਂ ਵੀ ਆ ਗਿਆ ਮੈਂ ਵੀਰੇ ਬਾਬੂ ਜੀ ਹੈ ਨਹੀਂ ਵੀ ਫੇਰ ਆ ਜੀ ਕਹਿੰਦਾ ਵੀਰੇ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਤੂੰ ਪਾਛੇ ਹੋ ਕੇ ਖੜ ਜਾ ਮੈਂ ਗੋਲੀ ਚਲਾ ਦੇ ਫਿਰ ਜਿੰਨੇ ਸਾਡੇ ਬਾਬੂ ਜੀ ਦੀ ਵਾਈਫ ਕੋਲ ਪੈਸੇ ਸੀਗੇ ਉਹਨਾਂ ਨੇ ਕੱਢ ਕੇ ਦੇ ਰੌਲਾ ਪਾਇਆ ਤੁਸੀਂ ਰੌਲਾ ਬਾਅਦ ਚ ਪਾਇਆ ਜੀ दो लेडीज मुलाजम पौड़ियां बैठियां ने मालकन ए सीट ते बैठी है कला बंदा शरेआम आके दुकान ते पिस्तौल दिखा के गन पॉइंट ते मतलब 10 मिनट वह बंदा दुकान के अंदर रहिंदा ते कोई उहनूं किसे दा भै डर नहीं हैगा ਤਾਂ ਉਸ ਤਰੀਕੇ ਨਾਲ ਉਹਨੇ ਲੁੱਟ ਖਸੁੱਟ ਕੀਤੀ ਅਤੇ ਸਾਰੀ ਵੀਡੀਓ ਸਭ ਦੇ ਸਾਹਮਣੇ ਹੈ ਅਤੇ ਬਹਿਸਦਾ ਰਿਹਾ ਲੇਡੀਜ਼ ਨਾਲ ਉਹਨੇ ਮੋਬਾਈਲ ਨੂੰ ਹੱਥ ਲਾਇਆ ਮੋਬਾਈਲ ਖੋਲਿਆ ਫਿਰ ਮੁੰਡਾ ਅੰਦਰੋਂ ਮੁਲਾਜ਼ਮ ਉੱਠ ਕੇ ਆ ਗਿਆ ਉਹਨੂੰ ਵੀ ਕਹਿੰਦਾ ਕਾਕਾ ਵਿਚਣਾ ਨਹੀਂ ਮੈਨੂੰ ਗੋਲੀ ਚਲਾਉਣੀ ਪਊ ਮਜਬੂਰਨ ਸਾਈਡ 'ਤੇ ਰਹਿ ਫਿਰ ਉਹ ਲੇਡੀਜ਼ ਪੌੜੀਆਂ 'ਚ ਉੱਤਰ ਕੇ ਆਈ ਫਿਰ ਨਹੀਂ ਪਰਵਾਹ ਮੰਨੀ ਲੇਡੀਜ਼ ਜਿਹੜੀ ਮਾਲਕ ਸੀ ਉਹਨੇ ਕਿਹਾ ਵੀ ਮੇਰੇ ਕੋਲ ਪੈਸੇ ਨਹੀਂ ਹੈ ਮੈਂ ਘਰੋਂ ਲਿਆਉਣੀ ਹੈ ਕਹਿੰਦਾ ਬੰਦਿਆਂ ਨੂੰ ਪੈਸੇ ਕੱਢ ਦੇਣੇ ਮੈਂ ਗੋਲੀ ਮਾਰ ਦੂੰਗਾ ਅਤੇ ਮਤਲਬ ਕਿ ਇੰਨਾ ਮਤਲਬ ਕਿ ਉਹਨੂੰ ਕੋਈ ਕਿਸੇ ਦਾ ਡਰ ਭੈ ਨਹੀਂ ਸੀ ਮਤਲਬ ਕਿ ਦਹਿਸ਼ਤ ਦੇ ਨਾਲ ਪੂਰੀ ਗੁੰਡਾਗਰਦੀ ਇਕੱਲਾ ਬੰਦਾ ਹੋ ਕੇ ਮਤਲਬ ਕਿ ਉਹਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਜਿੰਨੀ ਦੇਰ ਉਹਨੇ ਗੱਲੇ 'ਚੋਂ ਪੈਸੇ ਨਹੀਂ ਲਏ ਮਤਲਬ ਕਿ ਉੱਥੋਂ ਹਿੱਲਿਆ ਨਹੀਂ ਹਾਂਜੀ ਖਾਣਾ ਸਿਟੀ ਵੰਨ ਦੇ ਏਰੀਏ ਵਿੱਚ ਗੀਤਾ ਭਵਨ ਦੇ ਕੋਲ ਜਿਹੜੀ ਇਹ ਖੋਹ ਹੋਈ ਹੈਗੀ ਰਜਨੀਸ਼ ਕੁਮਾਰ ਦੇ ਆਪਣੇ ਗੋਇਲ ਬ੍ਰਦਰ ਦੇ ਨਾਲ ਸਟੋਰ ਹੈਗਾ ਉਹ ਆਪ ਤਾਂ ਬਾਹਰ ਗਿਆ ਹੋਇਆ ਸੀ ਉਹਦਾ ਇੱਕ ਨੌਕਰ ਸੀਗਾ ਅਤੇ ਉਹਦੀ ਮਿਸਿਜ਼ ਸੀ ਅਤੇ ਇੱਕ ਨੌਕਰਾਨੀ ਸੀ ਅਤੇ ਉਹ ਬੰਦਾ ਆਉਂਦਾ ਗਾ ਅਤੇ ਬੰਦਾ ਆ ਕੇ ਉਹਨਾਂ ਤੋਂ ਕਹਿੰਦਾ ਵੀ ਜੋ ਦਰਾਜ 'ਤੇ ਹੈਗਾ ਪੈਸੇ ਦਿਓ ਦਿਓ ਉਹਨਾਂ ਦਾ ਕਰੀਬ 6-7 ਹਜ਼ਾਰ ਰੁਪਏ ਦਰਾਜ ਦੇ ਵਿੱਚ ਪਿਆ ਸੀ ਉਹ ਲੇਡੀ ਜੀ ਨੇ ਡਿੰਪਲ ਕੌਰ ਦੇ ਕੱਢ ਡਿੰਪਲ ਨੇ ਕੱਢ ਕੇ ਦਿੱਤਾ ਉਹਨੂੰ ਉਹ ਚਲਿਆ ਗਿਆ ਇਹਦੇ ਸੰਬੰਧੀ ਅਸੀਂ ਕੈਮਰੇ ਨਾਲ ਫੋਟੋ ਜਿਹੇ ਚੈੱਕ ਕਰ ਰਹੇ ਹਾਂਗੇ ਅਤੇ ਸੀ ਆਈ ਏ ਦੀ ਟੀਮ ਥਾਣੇ ਵੱਲੋਂ 4 ਟੀਮਾਂ ਲਾਈਆਂ ਹੋਈਆਂ ਨੇ ਸਾਰਾ ਕੁਛ ਕਰਕੇ ਜਲਦੀ ਟਰੇਸ ਕਰ ਲਾਂਗੇ ਅਸੀਂ ਇਹਦੇ ਬਾਰੇ ਨਾ ਜਿਹੜਾ ਪਿਸਤੌਲ ਦੀ ਕਰ ਰਿਹਾ ਵੀ ਉਹਦੇ ਕੋਲ ਹੈ ਕੁਛ ਪਰ ਉਹਨੂੰ ਉਹਦੇ ਉੱਤੇ ਰੁਮਾਲ ਰੱਖ ਰਿਹਾ ਉਹਨੂੰ ਲੁਕੋ ਕੇ ਹੀ ਰੱਖਦਾ ਉਹਨੇ ਬਾਹਰ ਨਹੀਂ ਕੱਢਿਆ ਹੈਗਾ ਉਹਦੇ ਵੀ ਅਸੀਂ ਪੜਤਾਲ ਕਰ ਰਹੇ ਹਾਂਗੇ ਕੈਮਰੇ ਬਹੁਤ ਲੱਗੇ ਹੋਏ ਨੇ ਸਾਰੇ ਸਾਰੇ ਚੈੱਕ ਕਰ ਰਹੇ ਹਾਂ ਨਹੀਂ ਹਜੇ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਹਜੇ ਅਸੀਂ ਪੜਤਾਲ ਕਰ ਰਹੇ ਹਾਂ ਫਿਰ ਬਿਆਨ ਲਿਖਾਂਗੇ